ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ Google ਦੀ ਬਹੁਤ ਹੀ ਸ਼ਾਨਦਾਰ ਐਪ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਣ ਵਾਲੀ ਐਪ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਤੁਸੀਂ ਐਪ ਸਟੋਰ ਦੇ ਵਿੱਚ ਜਾ ਕੇ ਸਰਚ ਕਰਨਾ ਹੈ Google Task Google Task Get Things Done ਇਹ ਐਪ ਹੈ ਬਲੂ ਟਿਕ ਦੀ ਦੀ ਨਿਸ਼ਾਨੀ ਹੈ ਸਰਕਲ ਦੇ ਵਿੱਚ ਬਲੂ ਟਿਕ ਲੱਗੀ ਹੋਈ ਹੈ ਸੋ ਇਹਨੂੰ ਸਿੰਪਲੀ ਤੁਸੀਂ ਡਾਊਨਲੋਡ ਕੀਤਾ ਇਸ ਦੀ 4.7 ਰੇਟਿੰਗ ਮੈਂ ਸੁਜੈਸਟ ਕਰਾਂਗੀ ਇਸ ਐਪ ਨੂੰ ਤੁਸੀਂ ਆਪਣੇ ਥੱਲੇ ਡਾਕ ਦੇ ਵਿੱਚ ਰੱਖੋ ਤਾਂ ਕਿ ਤੁਸੀਂ ਜਦੋਂ ਜਦ ਮਰਜ਼ੀ ਨੂੰ ਐਕਸੈਸ ਕਰ ਸਕੋ ਸੋ ਸਿੰਪਲੀ ਐਪ ਨੂੰ ਤੁਸੀਂ ਓਪਨ ਕੀਤਾ ਗੈਟ ਸਟਾਰਟਡ ਕੀਤਾ ਮੈਂ ਰეკਮੈਂਡ ਕਰਾਂਗਾ ਕਿ ਤੁਸੀਂ ਇਹਦੀ ਨੋਟੀਫਿਕੇਸ਼ਨ ਅਲਾਉ ਕਰ ਦਿਓ ਕਿਉਂਕਿ ਇਸ ਐਪ ਦੇ ਵਿੱਚ ਤੁਸੀਂ ਰਿਮਾਈਂਡਰ ਵੀ ਐਡ ਕਰ ਸਕਦੇ ਹੋ ਜੇ ਜੇ ਕੋ ਤੁਹਾਡਾ ਰਿਮਾਈਂਡਰ ਰਿਮਾਈਂਡਰ ਹੈ ਤੇ ਉਸੇ ਤੁਹਾਨੂੰ ਨੋਟੀਫਿਕੇਸ਼ਨ ਤੁਹਾਡੀ ਸਕਰੀਨ ਤੇ ਆ ਸਕੇ ਇਸ ਲਈ ਅਲਾਉ ਕਰ ਦਿਓ ਇਹਨੂੰ ਅੱਗੇ ਤੁਹਾਨੂੰ ਗੂਗਲ ਅਕਾਊਂਟ ਚਾਹੀਦਾ ਪਰ ਜੇ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਐਡ ਅਨਦਰ ਅਕਾਊਂਟ ਵੀ ਕਰ ਸਕਦੇ ਹੋ ਸੋ ਆਪਾਂ ਗੂਗਲ ਅਕਾਊਂਟ ਨਾਲ ਆਪਾਂ ਸਟਾਰਟ ਕੀਤਾ ਸੋ ਇੱਥੇ ਤੁਸੀਂ ਦੇਖ ਸਕਦੇ ਕਿਉਂਕਿ ਮੈਂ ਆਲਰੇਡੀ ਐਪ ਯੂਜ਼ ਕਰਦਾ ਇਸ ਲਈ ਲਿਸਟਾਂ ਬਣੀ ਹੋਈਆਂ ਨੇ ਜੋਤ ਸੇਰਤ ਕਾਮਨ ਗਰੋਸਰੀ ਚਾਈਲਡ ਕੇਅਰ ਟਾਸਕ ਡਾਈਟ ਚਾਰਟ ਸੋ ਅੱਜ ਆਪਾਂ ਸ਼ੁਰੂ ਤੋਂ ਇਹਦੀ ਤੁਹਾਨੂੰ ਡੈਮੋ ਦਵਾਂਗੇ ਵੀ ਸ਼ੁਰੂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਕਿਉਂਕਿ ਤੁਹਾਡੀ ਉੱਪਰ ਵਾਲੀ ਲਿਸਟ ਵਾਲੀ ਜਿਹੜੀ ਬਲੈਂਕ ਹੋਏਗੀ ਜੇ ਤੁਸੀਂ ਸਟਾਰਟ ਕਰ ਰਹੇ ਹੋ ਤੁਸੀਂ ਨਿਊ ਲਿਸਟ ਤੇ ਕਲਿੱਕ ਕਰਨਾ ਹੈ ਇੱਥੇ ਤੁਸੀਂ ਗਰੋਸਰੀ ਕੋ ਜਾਂ ਹੋਰ ਕੋਈ ਪ੍ਰੋਜੈਕਟ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਪੇਂਟਿੰਗ ਕਰਨਾ ਚਾਹੁੰਦੇ ਹੋ ਕੁਝ ਵੀ ਕਰਨਾ ਚਾਹੁੰਦੇ ਹੋ ਗੱਡੀ ਖਰੀਦਣਾ ਚਾਹੁੰਦੇ ਹੋ ਤੁਸੀਂ ਤੁਹਾਨੂੰ ਟਾਈਟਲ ਦੇ ਸਕਦੇ ਹੋ ਫੋਰ ਐਗਜ਼ਾਮਪਲ ਤੁਸੀਂ ਕੋਈ ਨਵਾਂ ਕਾਰ ਖਰੀਦਣਾ ਚਾਹੁੰਦੇ ਤੁਸੀਂ ਇਹਨੂੰ ਨਾਮ ਦੇਤਾ ਤੇ ਡਨ ਕਰਤਾ ਹੁਣ ਇਹ ਤੁਹਾਡੀ ਲਿਸਟ ਐਡ ਹੋ ਗਈ ਬਾਇ ਨਿਊ ਹੋਮ ਅਗੇ ਨੋ ਟਾਸਕ ਇਟ ਹੈ ਕਿਉਂਕਿ ਇਹ ਵਿੱਚ ਕੋਈ ਟਾਸਕ ਨਹੀਂ ਐਡ ਸੋ ਆਪਾਂ ਇਹਦੇ ਵਿੱਚ ਟਾਸਕ ਐਡ ਸ਼ੁਰੂ ਕਰਨੇ ਕਰਤੇ ਕਿ ਆਪਾਂ ਨੂੰ ਨਵਾਂ ਘਰ ਖਰੀਦਣ ਲਈ ਆਪਾਂ ਨੂੰ ਕੀ ਕੀ ਚਾਹੀਦਾ ਆਪਾਂ ਬੈਠ ਗਏ ਕੀ ਕੀ ਚਾਹੀਦਾ ਆਪਾਂ ਨੂੰ ਆਪਾਂ ਨੂੰ ਸਭ ਤੋਂ ਪਹਿਲਾਂ ਲੋਕੇਸ਼ਨ ਡਿਸਾਈਡ ਕਰਨੀ ਹੈ ਉਸ ਤੋਂ ਬਾਅਦ ਆਪਣੇ ਕੋਲ ਲੋਨ ਸਲੈਸ਼ ਬੈਂਕ ਸਲੈਸ਼ ਬ੍ਰੋਕਰ ਨਾਲ ਗੱਲ ਕਰਨੀ ਹੈ ਬ੍ਰੋਕਰ ਅੱਗੇ ਫਲੋਰ ਪਲਾਨ ਆਪਾਂ ਡਿਸਾਈਡ ਕਰਨਾ ਹੈ ਜਾਂ ਉਸ ਦਾ ਡਿਜ਼ਾਈਨ ਕਰ ਲੋ ਤੁਸੀਂ ਡਿਜ਼ਾਈਨ ਡਿਸਾਈਡ ਕਰਨਾ ਹੈ ਬਜਟ ਦੇਖਣਾ ਕਿ ਬਜਟ ਕਿੰਨਾ ਹੈ ਕਿੰਨੇ ਫਲੋਰ ਹੀ ਆਪਾਂ ਕਰ ਬਣਾਣਾ ਹੈ ਤੋਂ ਪਹਿਲਾਂ ਬਿਲਡਰ ਕਿਹੜਾ ਲੈਣਾ ਆਪਾਂ ਮਿਸਤਰੀ ਕਿਹੜਾ ਲੈਣਾ ਪਰ ਫੋਰ ਐਗਜ਼ਾਮਪਲ ਆਪਣਾ ਆ ਟਾਸਕ ਬਣ ਗਿਆ ਪਰ ਜਿਵੇਂ ਜਿਵੇਂ ਹਰ ਰੋਜ਼ ਆਪਣੇ ਕੋਈ ਦਿਮਾਗ ਚੇਤਾ ਆਈ ਚੀਜ਼ ਆਪਾਂ ਸਿੰਪਲੀ ਐਡ ਤੇ ਕਲਿੱਕ ਕਰਕੇ ਇਹਨੂੰ ਨਾ ਦੇਣਾ ਤੇ ਸੇਵ ਕਰ ਦੇਣਾ ਠੀਕ ਹੈ ਜੀ ਹੁਣ ਆਪਾਂ ਲਿਸਟ ਬਣਾ ਲਈ ਹੁਣ ਲਿਸਟ ਨੂੰ ਆਪਾਂ ਪਾਇਰਿਓਰਟਾਈਜ਼ ਕਰਨਾ ਹੈ ਇਸ ਐਪ ਤੇ ਵਿੱਚ ਕਿ ਸਭ ਤੋਂ ਪਹਿਲਾਂ ਘਰ ਬਣਾ ਲੈ ਆਪਾਂ ਨੂੰ ਕਿਹੜੀ ਚੀਜ਼ ਚਾਹੀਦੀ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਹੈ ਬਜਟ ਬਜਟ ਨੂੰ ਆਪਾਂ ਹੋਲਡ ਐਂਡ ਤੇ ਕਲਿੱਕ ਕਰਕੇ ਹੋਲਡ ਕੀਤਾ ਥੋੜੀ देर ਇਦਾਂ ਵਾਈਟ ਜਿਹਾ ਹੋ ਜਾਏਗਾ ਇਹਨੂੰ ਆਪਾਂ ਡ੍ਰੈਗ ਕਰਕੇ ਉੱਪਰ ਲੈ ਗਏ ਪਰ ਬਜਟ ਕੌਣ ਡਿਸਾਈਡ ਕਰੇਗਾ ਬੈਂਕ ਸੋ ਬੈਂਕ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਇਹਨੂੰ ਸਭ ਤੋਂ ਉੱਪਰ ਲੈ ਗਏ ਆਪਾਂ ਜਦੋਂ ਆਪਣਾ ਬਜਟ ਡਿਸਾਈਡ ਹੋ ਗਿਆ ਪਰ ਆਪਾਂ ਲੋਕੇਸ਼ਨ ਡਿਸਾਈਡ ਕਰਨੀ ਹੈ ਇਹ ਆਪਾਂ ਇਹਦੇ ਨਾਲ 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 ਵੀ ਚਲਾ ਸਕਦੇ ਹਾਂ ਹੁਣ ਆ ਦੇਖੋ ਮੈਨੂੰ ਡ੍ਰੈਗ ਕਰਕੇ ਜਦੋਂ ਮੈਨੂੰ ਬਾਹਰ ਨੂੰ ਕੀਤਾ ਏ ਟਾਸਕ ਬਣ ਗਿਆ ਜਦੋਂ ਮੈਨੂੰ ਅੰਦਰ ਨੂੰ ਸਲਾਈਡ ਕੀਤਾ ਏ ਸਬ ਟਾਸਕ ਬਣ ਗਿਆ ਫੋਰ ਐਗਜ਼ਾਮਪਲ ਬਜਟ ਨੂੰ ਆਪਾਂ ਇਹਦਾ ਲੋਨ ਬ੍ਰੋਕਰ ਦਾ ਸਬ ਟਾਸਕ ਬਣਾਤਾ ਕਿ ਲੋਨ ਦਾ ਜਿਹੜਾ ਸਬ ਟਾਸਕ ਏ ਉਹ ਬਜਟ ਏ ਕਿ ਬਜਟ ਜਦੋਂ ਕੰਪਲੀਟ ਹੋਏਗਾ ਤਾਂ ਹੀ ਆਪਣਾ ਲੋਨ ਵਾਲਾ ਟਾਸਕ ਕੰਪਲੀਟ ਹੋਏਗਾ ਲੋਕੇਸ਼ਨ ਡਿਸਾਈਡ ਹੋ ਗਈ ਲੋਕੇਸ਼ਨ ਤੋਂ ਬਾਅਦ ਆਪਾਂ ਬਿਲਡਰ ਨਾਲ ਗੱਲ ਕੀਤੀ ਕਿ ਕਿ ਫਲੋਰ ਕਿੰਨੇ ਬਣਾਣੇ ਨੇ ਤੇ ਫਲੋਰ پلان ਡਿਜ਼ਾਈਨ ਕੀ ਚਾਹੀਦਾ ਸੋ ਬਿਲਡਰ ਦੇ ਵੱਚ ਆਪਾਂ ਇਹਨੂੰ ਸਬ ਟਾਸਕ ਬਣਾਤਾ ਜੇ ਤੁਸੀਂ ਇਦਾਂ ਡ੍ਰੈਗ ਕਰਕੇ ਨਹੀਂ ਸਬ ਟਾਸਕ ਬਣਾਣਾ ਜੇ ਤੁਸੀਂ ਉਹਨੂੰ ਟਾਸਕ ਦੇ ਉੱਪਰ ਕਲਿੱਕ ਕਰੋ ਤੇ ਅੱਗੇ ਲਿਖਿਆ ਹੋਇਆ ਸਭ ਤੋਂ ਨੀਚੇ ਐਡ ਸਬਟਾਸਕ ਸੋ ਆਪਣੇ ਅੱਗੇ ਦੇਖੋ ਸਬ ਟਾਸਕ ਹੋ ਗਿਆ ਤੇ ਜਿਵੇਂ ਜਿਵੇਂ ਮਨ ਦੇ ਵਿੱਚ ਖਿਆਲ ਆਉਂਦੇ ਰਹਿਣਗੇ ਉਸ ਤੁਹਾਡੇ ਪ੍ਰੋਜੈਕਟ ਨੂੰ ਲੈ ਕੇ ਤੁਸੀਂ ਆਪਣੇ ਅੱਗੇ ਟਾਸਕ ਉਹਦੇ ਵਿੱਚ ਐਡ ਕਰ ਸਕਦੇ ਹੋ ਹੋਰ ਦੂਸਰਾ ਇਸ ਨੰਬਰ ਦੀ ਐਪ ਦੀ ਜਿਹੜੀ ਖਾਸियत ਹੈ ਕਿ ਤੁਸੀਂ ਫੋਰ ਐਗਜ਼ਾਮਪਲ ਲੋਨ ਬੈਂਕ ਦਾ ਤੁਹਾਡੀ ਅਪਾਇੰਟਮੈਂਟ ਹੈ ਤੁਸੀਂ ਇਸ ਨੂੰ ਟਾਈਮ ਵੀ ਦੇ ਸਕਦੇ ਫਰਸਡੇ ਅਪਾਇੰਟਮੈਂਟ ਹੈ 1 ਵਜੇ ਡਨ ਸੋ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਇਹ ਐਪ ਉਹਦੇ ਨਾਲ ਕੈਲੰਡਰ ਨਾਲ ਇੰਟੀਗੇਟ ਕਰਦੀ ਹੈ ਸੋ ਜੇ ਮੈਂ ਕੈਲੰਡਰ ਦੇ ਵਿੱਚ ਜਾਵਾਂਗਾ ਤੇ ਥਰਸਡੇ ਨੂੰ ਤੁਸੀਂ ਦੇਖ ਸਕਦੇ ਹੋ ਲੋਨ ਬੈਂਕ ਬ੍ਰੋਕਰ ਨਾਲ ਮੇਰੀ 1 ਪੀਐਮ ਤੇ ਅਪਾਇੰਟਮੈਂਟ ਹੈ ਇਸਦੇ ਮੈਂ ਨੋਟੀਫਿਕੇਸ਼ਨ ਵੀ ਸੈੱਟ ਕਰ ਸਕਦਾ ਕਿ ਅੱਲਾਂ ਆਪਾਂ ਅਜੇ ਬਾਅਦ ਚ ਕਰਾਂਗੇ ਠੀਕ ਹੈ ਦੋਸਤੋ ਇਹ ਆਪਣੀ ਹੋ ਗਈ ਅ ਟਾਸਕ ਸੈੱਟ ਹੋ ਗਿਆ ਹੁਣ ਜਿਹੜੇ ਜਿਹੜੇ ਆਪਣੇ ਟਾਸਕ ਕੰਪਲੀਟ ਹੁੰਦੇ ਜਾਣਗੇ ਉਹਨਾਂ ਨੂੰ ਆਪਾਂ ਸਿੰਪਲੀ ਟਿਕ ਕਰਨਾ ਹੈ ਹਾਂ ਜੀ ਤੁਹਾਡਾ ਟਾਸਕ ਕੰਪਲੀਟ ਹੋ ਗਿਆ ਤੇ ਜਿਹੜੇ ਆਪਣੇ ਕੰਪਲੀਟਡ ਟਾਸਕ ਨੇ ਅੱਗੇ ਕੰਪਲੀਟਡ ਲਿਸਟ ਦੇ ਵਿੱਚ ਜਾਂਦੇ ਰਹਿਣਗੇ ਉਹਨਾਂ ਨੂੰ ਤੁਸੀਂ ਵਾਪਸ ਜਾ ਕੇ ਦੁਬਾਰਾ ਅੰਟਿਕ ਕਰੋਗੇ ਤੇ ਉੱਪਰ ਫਿਰ ਪਹੁੰਚ ਜਾਣਗੇ ਸੋ ਜਿੱਦਾਂ ਜਿੱਦਾਂ ਤੁਹਾਡੇ ਟਾਸਕ ਕੰਪਲੀਟ ਹੁੰਦੇ ਜਾਣਗੇ ਤੁਸੀਂ ਆਪਣੇ ਗੋਲ ਦੇ ਵੱਲ ਵਧਦੇ ਜਾਵੇ ਫਾਈਨਲੀ ਜਦੋਂ ਤੁਸੀਂ ਗੋਲ ਅਚੀਵਡ ਤੇ ਜਾ ਕੇ ਟਿਕ ਕਰੋਗੇ ਤੁਹਾਨੂੰ ਬੜਾ ਵਧੀਆ ਇੱਕ ਸੰਤੁਸ਼ਟੀ ਮਿਲੇਗੀ ਹਾਕੀਕ ਮੈਂ ਇੱਕ ਆਪਣਾ ਟਾਸਕ ਵਧੀਆ ਤਰੀਕੇ ਨਾਲ ਆਪਣਾ ਕੰਪਲੀਟ ਕੀਤਾ ਅੱਗੇ ਇਸ ਨੂੰ ਤੁਸੀਂ ਸਟਾਰ ਤੇ ਜੀ ਕਲਿੱਕ ਕਰ ਦਿੰਦੇ ਹੋ ਜਿਹੜਾ ਤੁਹਾਡਾ ਟਾਸਕ ਹੈ ਤੁਹਾਡੇ ਸਟਾਰ ਟਾਸਕ ਦੇ ਵਿੱਚ ਜਾ ਕੇ ਐਡ ਹੋ ਜਾਏਗਾ ਪਰ ਦੇ ਵਿੱਚ ਐਡ ਹੋ ਗਿਆ ਅਨਸਟਾਰ ਕਰਤਾ ਤੇ ਸਟਾਰ ਤੇ ਲਿਸਟ ਤੋਂ ਨਿਕਲ ਜਾਏਗਾ। ਆਪਣਾ ਕੀ ਗੱਲ ਕਰਦੇ ਆਪਾਂ ਗਰੋਸਰੀ ਦੀ। ਹੁਣ ਆਪਾਂ ਹਰ ਰੋਜ਼ ਜੋ ਵੀ ਆਪਣੇ ਕੋਈ ਘਰ ਦੇ ਵਿੱਚ ਚੀਜ਼ ਖਤਮ ਹੋ ਰਹੀ ਆਪਾਂ ਨੂੰ ਐਡ ਕਰ ਸਕਦੇ ਆਂ। ਇਹ ਐਡ ਟਾਸਕ ਹੋ ਗਿਆ ਆਪਣੇ। ਹੁਣ ਫੋਰ ਐਗਜ਼ਾਮਪਲ ਕਿ ਮੈਂ ਕਰੇ ਆਂ ਤੇ ਮੇਰੀ ਵਾਈਫ ਗਰੋਸਰੀ ਲੈਣ ਗਈ ਏ ਜਾਂ ਮੈਂ ਗਰੋਸਰੀ ਲੈਣ ਗਿਆ ਤੇ ਮੇਰੀ ਵਾਈਫ ਕਰੇ ਵੀ। ਹੁਣ ਉਸਦੇ ਦਿਮਾਗ 'ਚ ਕੋਈ ਜਾਂ ਮੇਰੇ ਦਿਮਾਗ 'ਚ ਪਿੱਛੋਂ ਕੋਈ ਆ ਕਿ ਇਹ ਚੀਜ਼ ਆਪਣੀ ਲਿਓਣ ਵਾਲੀ ਸੀ। ਹੁਣ ਮੈਂ ਸਿਰਫ ਇਹ ਚੀਜ਼ਾਂ ਲੈ ਕੇ ਆਵਾਂਗਾ। ਪਰ ਪਿੱਛੇ ਜਿਹੜਾ ਮੈਂਬਰ ਕਰੇ ਵੇ ਉਹਨੂੰ ਚੇਤੇ ਆ ਗਿਆ ਕਿ ਆਪਣੀ ਫਲਾਣੀ ਚੀਜ਼ ਖਤਮ ਹੋਈ ਹੋਈ ਏ ਸੋ ਸਿੰਪਲੀ ਜੇ ਅਕਾਊਂਟ ਤੁਹਾਡਾ ਸ਼ੇਅਰਡ ਹੈ ਹੁਣ ਜਿਹੜਾ ਮੈਂਬਰ ਕਰੇ ਵੇ ਉਹਨੇ ਆਪਣੇ ਫੋਨ ਤੋਂ ਟਾਸਕ ਐਪ ਖੋਲੀ ਤੇ ਸਿੰਪਲੀ ਉਹਦੇ ਚ ਐਡ ਕਰਤਾ ਫੋਰ ਐਗਜ਼ਾਮਪਲ ਆਪਣੇ ਬਿਨ ਬੈਗ ਲੈਉਣ ਵਾਲੇ ਨੇ ਉਹ ਮੁੱਕ ਗਿਆ ਨਾ ਮੈਂ ਨੋਟਿਸ ਕੀਤਾ ਬਿਨ ਬੈਗ ਕਰਤਾ ਐਪਲ ਕਰਤੇ ਗਰੇਪਸ ਕਰਤੇ ਠੀਕ ਹੈ ਜੀ ਸੋ ਕੀ ਹੋਏਗਾ ਕਿ ਹੁਣ ਮੈਂ ਤੁਹਾਨੂੰ ਐਪ ਤੇ ਦਿਖਾਉਂਦਾ ਜਦੋਂ ਮੈਂ ਐਪ ਤੇ ਜਾਵਾਂਗਾ ਤੇ ਨੂੰ ਰੀਫਰੈਸ਼ ਕਰਾਂਗਾ ਗਰੇਪਸ ਐਪਲ ਤੇ ਬਿੰ ਬੈਗੇ ਤੁਹਾਡੇ ਲਾਈਵ ਤੁਹਾਡੀ ਐਪ ਦੇ ਉੱਤੇ ਅਪਡੇਟ ਹੋ ਜਾਣਗੇ ਸੋ ਇਹ ਚੀਜ਼ਾਂ ਮਿਸ ਨਹੀਂ ਹੋਣਗੀਆਂ ਇਸ ਐਪ ਦਾ ਇਹ ਬਹੁਤ ਵੱਡਾ ਫਾਇਦਾ ਕਿ ਇਹ ਕਮਿਊਨੀਕੇਟ ਕਰਦੀ ਏ ਸਿੰਕ ਕਰਦੀ ਸੇਮ ਅਕਾਊਂਟ ਯੂਜ਼ ਕਰਦੇ ਆ ਤਾਂ ਕਿ ਜਿਹੜੇ ਵੀ ਟਾਸਕ ਨੇ ਦੋਵਾਂ ਦੇ ਫੋਨਾਂ ਦੇ ਵਿੱਚ ਜਾਂ ਸਾਰੀਆਂ ਡਿਵਾਈਸਸ ਨੇ ਆਈਪੈਡ ਏ ਕੰਪਿਊਟਰ ਏ ਸਾਰੀਆਂ ਜਗ੍ਹਾ ਤੇ ਅਪਡੇਟ ਹੋ ਜਾਂਦੀਆਂ ਨੇ ਜਿੱਦਾਂ ਤੁਹਾਡਾ ਹੁਣ ਆਪਾਂ ਬਾਇ ਨਿਊ ਹੋਮ ਦੀ ਗੱਲ ਕਰ ਰਹੇ ਸੀ ਹੁਣ ਜਿਵੇਂ ਤੁਸੀਂ ਗੋਲ ਆਪਣਾ ਅਚੀਵ ਕਰ ਲਿਆ ਤੁਹਾਡੇ ਜੋ ਵੀ ਆਪਣਾ ਹੈਗਾ ਤੁਹਾਡਾ ਅਚੀਵ ਕਰ ਲਿਆ ਤੁਸੀਂ ਉਸ ਲਿਸਟ ਨੂੰ ਤੁਸੀਂ ਸਿੰਪਲੀ ਆ 3 ਡਾਟ ਦਬਕੇ ਡਿਲੀਟ ਕਰ ਸਕਦੇ ਹੋ ਤੇ ਇਹ ਤੁਹਾਡੀ ਡਿਲੀਟ ਹੋ ਗਈ ਸੋ ਦੋਸਤੋ ਇਹ ਸੀ ਆਪਣੀ ਐਪ Google Task ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮੈਂ Google ਕੀਪ ਦੇ ਬਾਰੇ ਵੀ ਦੱਸਾਂਗਾ ਤੇ Google ਕੈਲੰਡਰ ਨੂੰ ਤੁਸੀਂ ਕਿਵੇਂ ਵਧੀਆ ਤਰੀਕੇ ਨਾਲ ਯੂਜ਼ ਕਰਨਾ ਹੈ ਕਿ ਤੁਹਾਡੀ ਲਾਈਫ ਜਿਹੜੀ ਸੌਖੀ ਹੋ ਜਾਏ ਆਪਣੀਆਂ ਫਾਈਲਸ ਐਪ ਹੈ OneDrive ਐਪਾਂ ਨੇ ਜਿਹੜੀਆਂ ਕਿ ਤੁਸੀਂ ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਯੂਜ਼ ਕਰ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਜੇ ਤੁਹਾਨੂੰ ਕਿਸੇ ਵਧੀਆ ਐਪ ਦਾ ਪਤਾ ਹੈ ਪਲੀਜ਼ ਉਹ ਵੀ ਸਾਡੇ ਨਾਲ ਸ਼ੇਅਰ ਕਰੇ ਕਮੈਂਟਾਂ ਦੇ ਵਿੱਚ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਉਹ ਵੀ ਸ਼ੇਅਰ ਕਰਿਓ ਜੇ ਵੀਡੀਓ ਚੰਗੀ ਲੱਗੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਸਬਸਕ੍ਰਾਈਬ ਕਰਿਓ ਤਾਂ ਕਿ ਸਾਨੂੰ ਇੱਕ ਮੋਟੀਵੇਸ਼ਨ ਮਿਲ ਸਕੀਏ ਅਸੀਂ ਆਪਣੇ ਪੰਜਾਬੀ ਭੈਣ ਭਰਾਵਾਂ ਦੀ ਮਦਦ ਕਰ ਰਹੇ ਹਾਂ ਤੇ ਅਸੀਂ ਸੋਹਣੀਆਂ ਸੋਹਣੀਆਂ ਹੋਰ ਵਧੀਆ ਵਧੀਆ ਯੂਸਫੁਲ ਵੀਡੀਓ ਬਣਾ ਸਕੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਥੈਂਕ ਯੂ ਸੋ ਮੱਚ